ਸਤਿ ਸ਼੍ਰੀ ਅਕਾਲ ਜੀ, ਮੈਂ ਨਿਸ਼ਾਨ ਸਿੰਘ, ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਡੇਲੀ ਨਿਊਜ਼। ਇਸ ਵਾਰ ਸ਼ਹਿਰ ਵਿੱਚ ਵੱਖ ਵੱਖ ਥਾਵਾਂ 'ਤੇ ਗਣਪਤੀ ਮਹਾਰਾਜ ਉਤਸਵ ਮਨਾਇਆ ਜਾਵੇਗਾ। ਮੋਹਾਲੀ ਫੇਜ਼ 6 'ਚ ਵੱਡੇ ਪੰਡਾਲ ਨਹੀਂ ਲਗਾਏ ਜਾਣਗੇ। ਪਿਛਲੇ 8 ਸਾਲਾਂ ਤੋਂ ਮੋਹਾਲੀ ਦੇ ਫੇਸ 9 ਦੀ ਮਾਰਕੀਟ ਦੇ ਵਿੱਚ ਸ਼੍ਰੀ ਗਣੇਸ਼ ਉਤਸਵ ਕਮੇਟੀ ਵੱਲੋਂ ਸ਼੍ਰੀ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਵੀ ਗਣੇਸ਼ ਚਤੁਰਥੀ ਸ਼ੁਰੂ ਹੋ ਗਈ ਹੈ, ਪਰ ਇਸ ਵਾਰ ਮੋਹਾਲੀ ਫੇਸ 9 ਦੇ ਵਿੱਚ ਗਣਪਤੀ ਦਾ ਵਿਸ਼ਾਲ ਪੰਡਾਲ ਨਹੀਂ ਸਜਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਗਣੇਸ਼ ਉਤਸਵ ਕਮੇਟੀ ਦੇ ਪ੍ਰਧਾਨ ਰਮੇਸ਼ ਦੱਤ ਨੇ ਦੱਸਿਆ ਕਿ ਇਸ ਵਾਰ ਕੁਝ ਕਾਰਨਾਂ ਕਰਕੇ ਮੋਹਾਲੀ ਫੇਸ 9 ਦੀ ਮਾਰਕੀਟ ਦੇ ਵਿੱਚ ਸ਼੍ਰੀ ਗਣੇਸ਼ ਮਹਾਰਾਜ ਜੀ ਦਾ ਵਿਸ਼ਾਲ ਪੰਡਾਲ ਨਹੀਂ ਸਜਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਵਾਰ ਪੂਰੇ ਸ਼ਹਿਰ 'ਚ ਸ਼੍ਰੀ ਗਣੇਸ਼ ਚਤੁਰਥੀ ਭਗਵਾਨ ਸ਼੍ਰੀ ਗਣੇਸ਼ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾਵੇਗਾ ਅਤੇ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਸੈਕਟਰ ਭਗਵਾਨ ਗਣੇਸ਼ ਜੀ ਦੀ ਜਿਹੜੀ ਸਥਾਪਨਾ ਹੈ ਉਹ ਕੀਤੀ ਜਾਵੇਗੀ। ਰਮੇਸ਼ ਦੱਤ ਵੱਲੋਂ ਦੱਸਿਆ ਗਿਆ ਹੈ ਕਿ ਮੋਹਾਲੀ ਦੇ ਫੇਸ 9 ਦੇ ਵਿੱਚ ਜਿੱਥੇ ਹਰ ਵਾਰ ਪੰਡਾਲ ਸਜਾਇਆ ਜਾਂਦਾ ਸੀ, ਉੱਥੇ ਇਸੇ ਵਾਰ ਪੰਡਾਲ ਨਾ ਹੋਣ ਦੀ ਥਾਂ 'ਤੇ ਇਲਾਕੇ ਦੇ ਵਿੱਚ ਪੰਡਾਲ ਸਜਾਇਆ ਗਿਆ। ਇਸ ਤੋਂ ਇਲਾਵਾ ਮੋਹਾਲੀ ਫੇਸ 5 ਸੈਕਟਰ 67 ਤੋਂ ਹੋਰ ਥਾਵਾਂ ਤੋਂ ਜੋ ਕਿ ਇਹ ਲਗਾਏ ਗਏ ਹਨ ਪੰਡਾਲਾਂ ਦੇ ਵਿੱਚ ਭਗਵਾਨ ਗਣੇਸ਼ ਜੀ ਦੀ ਮੂਰਤੀ ਪਹੁੰਚਾਈ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਜਿਹੜੇ ਕਿ ਭਗਵਾਨ ਜਿਹੜੇ ਗਣੇਸ਼ ਜੀ ਉਤਸਵ ਮਨਾਇਆ ਜਾ ਰਿਹਾ, ਇਸ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਰਮੇਸ਼ ਦੱਤ ਕਿੰਨੇ ਮਿਲੀਅਨ ਜਿਹੜੇ ਹੈਗੇ ਲੋਕ ਸਾਡੇ ਗਣੇਸ਼ ਉਤਸਵ ਲੋਕ ਇਸ ਪੰਡਾਲ ਨੂੰ ਦੇਖ ਚੁੱਕੇ ਹਾਂ ਕਿ ਅਸੀਂ ਬੜੀ ਸ਼ਰਧਾ ਦੇ ਨਾਲ ਜੋ ਵੀ ਜਿਵੇਂ ਸਾਡਾ ਸਿਸਟਮ ਹੁੰਦਾ ਅਸੀਂ ਮਨਾਉਣ ਵਾਸਤੇ ਪਲੈਨ ਕਰਦੇ ਸੀ, ਲੇਕਿਨ ਕੋਈ ਪਾਣਾ ਇਹੋ ਜਿਹਾ ਵਾਪਰਿਆ ਕਿ ਕਿਸੇ ਕਾਰਨਾਂ ਕਰਕੇ ਅਸੀਂ 9 ਫੇਸ ਪੰਡਾਲ ਦੇ ਵਿੱਚ ਜਿਹੜਾ ਹੈਗਾ ਉਹ ਗਣੇਸ਼ ਮਹਾਉਤਸਵ ਜਿਹੜਾ ਹੈਗਾ ਉਹ ਇਸ ਵਾਰ ਨਹੀਂ ਮਨਾ ਰਹੇ। ਲੇਕਿਨ ਮੋਹਾਲੀ ਦੇ ਜੋ ਸਾਡਾ ਸੁਪਨਾ ਸੀ ਮੋਹਾਲੀ ਦੇ ਵੱਖ ਵੱਖ ਸੈਕਟਰਾਂ ਦੇ ਵਿੱਚ ਵੱਖ ਵੱਖ ਫੇਸਾਂ ਦੇ ਵਿੱਚ ਸ਼੍ਰੀ ਗਣੇਸ਼ ਮਹਾਉਤਸਵ ਦੇ ਜਿਹੜੇ ਪੰਡਾਲ ਭਗਵਾਨ ਗਣਪਤੀ ਦੇ ਸ਼ਰਧਾਲੂਆਂ ਵੱਲੋਂ ਲਾਏ ਗਏ ਨੇ। ਕਾਫੀ ਸਾਰੀ ਥਾਂ ਦੇ ਉੱਪਰ ਜਿਹੜਾ ਜਿਨ੍ਹਾਂ ਨੇ ਮੂਰਤੀਆਂ ਜਿਹੜੀਆਂ ਹੈਗੀਆਂ ਭਗਵਾਨ ਗਣਪਤੀ ਜਿਵੇਂ ਵੀ ਹਰ ਸਾਲ ਅਸੀਂ ਦਿੰਦੇ ਆ ਰਹੇ, ਸਾਲ ਵੀ ਅਸੀਂ ਦੇ ਕੇ ਉਹ ਵੱਲੋਂ ਦਿੱਤੀਆਂ 5 ਫੇਸ ਦੇ ਵਿੱਚ, 67 ਸੈਕਟਰ ਦੇ ਵਿੱਚ, 6 ਫੇਸ ਦੇ ਵਿੱਚ, 9 ਫੇਸ ਦੇ ਵਿੱਚ। ਇਸ ਤੋਂ ਇਲਾਵਾ ਬਹੁਤ ਸਾਰੇ ਘਰਾਂ ਦੇ ਵਿੱਚ ਵੀ ਭਗਵਾਨ ਗਣਪਤੀ ਦੀ ਜਿਹੜੀ ਮੂਰਤੀਆਂ ਹੈਗੀਆਂ, ਜਿਹੜੇ ਭਗਵਾਨ ਗਣਪਤੀ ਜੀ ਨੂੰ ਪਿਆਰ ਕਰਦੇ ਆ, ਜਿਹੜੇ ਵੀ ਕੋਈ ਵੀ ਉਹ ਹੈ, ਅਸੀਂ ਉਹਨਾਂ ਤੱਕ ਮੂਰਤੀ ਪਹੁੰਚਾਉਣ ਦਾ ਚਾਹੇਗਾ ਕੰਮ ਵੀ ਕੀਤਾ ਸਵੇਰੇ, ਕਿਉਂਕਿ ਅੱਜ ਲਾਸਟ ਅੱਜ ਜਿਹੜਾ ਹੈਗਾ ਗਣੇਸ਼ ਚਤੁਰਥੀ ਦਾ ਪਹਿਲਾ ਦਿਨ ਹੈ, ਪੂਜਾ ਅਰਚਨਾ ਸ਼ੁਰੂ ਹੁੰਦੀ ਹੈ ਸਵੇਰੇ 7 ਵਜੇ ਜਿਹੜਾ ਹੈਗਾ ਜੀ। ਮੈਂ ਬਾਈ ਏਅਰ ਬਾਹਰ ਗਿਆ ਸੀ ਪਿਛਲੇ 8 ਦਿਨ ਤੋਂ, ਅੱਜ ਪਹੁੰਚ ਕੇ 9 ਫੇਸ ਦੇ ਵੀ ਜਿਹੜੀ ਜਨਤਾ ਹੈਗੀ ਹੈ, 9 ਫੇਸ ਦੇ ਜਿੰਨੇ ਵੀ ਗੁਰੂ ਗਣਪਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਕਹਿਣ ਦੇ ਉੱਪਰ ਸਾਡੀ ਕਮੇਟੀ ਨੇ ਇੱਕ ਫੈਸਲਾ ਕੀਤਾ ਕਿ 9 ਫੇਸ ਉਸ ਪੰਡਾਲ ਨੂੰ ਛੱਡ ਕੇ ਜਿਹੜਾ ਇੱਕ ਮਹੱਲੇ ਦਾ ਪੰਡਾਲ ਹੁੰਦਾ ਉੱਥੇ ਭਗਵਾਨ ਗਣਪਤੀ ਦੀ ਜਿਹੜੀ ਪ੍ਰਤਿਮਾ ਹੈਗੀ ਹੈ ਉਹਨੂੰ ਸਥਾਪਿਤ ਕੀਤਾ ਜਾਵੇ। ਅੰਨਾ ਜੀ ਹੈ ਸਾਡੇ, ਆਨੰਦ ਸਾਹਿਬ ਹੈ ਸਾਡੇ, ਜਿੰਨੇ ਵੀ ਹੋਰ ਲੋਕ ਨਾਮ ਨਹੀਂ ਲੈ ਪਾਵਾਂਗਾ, ਰਮੇਸ਼ ਮਰਚੰਦਾ ਜੀ ਹੈ ਸਾਡੇ, ਜੂਨੀਅਰ ਸਾਹਿਬ ਹੈ, ਅਲੀ ਜੀ ਹੈ, ਆਨੰਦ ਸਾਹਿਬ ਹੈ, ਜਿੰਨੇ ਵੀ ਸਾਡੇ ਅਨੰਤ ਸਾਹਿਬ ਹੈ, ਇਹ 9 ਫੇਸ ਦੇ ਵਜ਼ਦੀਕ ਹੈ। ਇਹਨਾਂ ਨੇ ਸੋਚਿਆ ਕਿ ਅਸੀਂ ਵੱਖ ਵੱਖ ਥਾਵਾਂ ਦੇ ਉੱਪਰ ਮੂਰਤੀਆਂ ਜਿਹੜੀਆਂ ਹੈਗੀਆਂ ਵਿਵਰਣ ਕਰ ਰਹੇ ਹਾਂ, ਅਸੀਂ ਆਪਣੇ 9 ਫੇਸ ਦੇ ਵਿੱਚ ਵੀ ਪੰਡਾਲ ਲਾ ਕੇ ਅਸੀਂ ਜਿਹੜੇ ਹੈਗੇ ਮੂਰਤੀ ਜਿਹੜੀ ਰੱਖ ਕੇ ਭਗਵਾਨ ਗਣਪਤੀ ਦਾ ਹਰ ਸਾਲ ਦੀ ਤਰ੍ਹਾਂ ਹਿੱਸਾ ਲੈ ਕਰੀਏ, ਲੇਕਿਨ ਉਹ ਪੰਡਾਲ ਨੂੰ ਛੱਡ ਦਈਏ, ਕਿਉਂਕਿ ਇੱਥੇ ਇੱਕ ਵਿਸ਼ਾਲ ਕਾਰਿਆਕ੍ਰਮ ਜਿਹੜਾ ਹੁੰਦਾ ਸੀ। ਅੱਜ ਜਿਹੜਾ ਹੈਗਾ ਜੀ 9 ਫੇਸ ਦੇ ਵਿੱਚ ਵੀ 9 ਫੇਸ ਦੀ ਜਿਹੜੀ ਹੈਗੀ ਹੈ ਕੀਰਤਨ ਮੰਡਲੀ ਆ, ਮਹਿਲਾ ਸ਼ਕਤੀ, ਮਾਤਰ ਸ਼ਕਤੀ, ਉਸ ਤੋਂ ਇਲਾਵਾ ਜਿੰਨੇ ਵੀ ਸਾਡੇ 9 ਫੇਸ ਦੇ ਜਿਹੜੇ ਹੈਗੇ ਹੈ ਸ਼ਖਸ਼ੀਤਾਂ ਹੈਗੀਆਂ, ਆਨੰਦ ਸਾਹਿਬ, ਪ੍ਰਵੀਨ ਭਾਈ ਸਾਹਿਬ, ਸਾਡੇ ਐਮ ਸੀ ਸਾਹਿਬ, ਮਚੰਦਾ ਜੀ, ਰਾਣਾ ਜੀ, ਔਰ ਵੱਖ ਵੱਖ ਜਿਹੜੇ ਧਰਮਾਂ ਨਾਲ ਜੁੜੇ ਸਾਡੇ ਜ਼ਹੀਰ ਜੀ, ਰਚੀਆ ਜ਼ਿਲ੍ਹੇ ਤੋਂ ਸਾਡੇ ਮੀਰ ਭਾਈ ਸਾਹਿਬ,
ਜਿਹੜੇ ਵੀ ਸਾਰੇ ਜਿਹੜੇ ਹੋਰ ਵੀ ਬਹੁਤ ਸਾਰੇ, ਕਿਉਂਕਿ ਪੰਡਾਲ ਚੱਲਦਾ ਬਹੁਤ ਸਾਰੇ ਲੋਕ ਲਾਈਵ ਕਰਕੇ ਆਏ ਅਤੇ ਇਸ ਵਾਰ ਅਸੀਂ ਪ੍ਰੋਗਰਾਮ ਉਸ ਚੈਨਲ ਦਾ ਨਹੀਂ ਕੀਤਾ, ਲੇਕਿਨ ਅਸੀਂ ਇੱਕ ਮੁਹੱਲੇ ਦੇ ਵਿੱਚ ਜਾ ਕੇ ਮੁਹੱਲਾ ਪ੍ਰੋਗਰਾਮ ਕੀਤਾ। ਅੱਜ ਦੀ ਜਿਹੜਾ ਮੀਡੀਆ ਨੂੰ ਇੱਥੇ ਰੂਬਰੂ ਹੋਣ ਦਾ ਕਾਰਨ ਹੈ ਕਿ ਪਹਿਲਾਂ ਤਾਂ ਮੈਂ ਸਾਰੀ ਟ੍ਰਾਈ ਸਿਟੀ ਦੇ ਚੰਡੀਗੜ੍ਹ ਮੋਹਾਲੀ ਪੰਚਕੂਲਾ ਜਿੱਥੋਂ ਦੂਰ ਦੂਰ ਤੋਂ ਸ਼ਰਧਾਲੂ ਇਸ ਪ੍ਰੋਗਰਾਮ ਦੀ ਜਿਹੜੀ ਵੇਟ ਇੱਕ ਸਾਲ ਤੋਂ ਕਰਦੇ ਆਏ ਸੀ, ਮੈਂ ਉਹਨਾਂ ਨੂੰ ਹੱਥ ਜੋੜ ਕੇ ਮਾਫ਼ੀ ਮੰਗਦਾ, ਕਿਉਂਕਿ ਅਸੀਂ ਕਿਸੇ ਕਾਰਨਾਂ ਕਰਕੇ, ਕਿਉਂਕਿ ਸਾਡੇ ਇੱਕ ਗਣੇਸ਼ ਮਾਊਸ ਸੁਕਵੇਟੀ ਦੇ ਐਕਸ ਪ੍ਰਧਾਨ ਦੀ ਮਾਤਾ ਜੀ ਕੁਝ ਦਿਨ ਪਹਿਲੇ ਜਿਹੜੀ ਹੈਗੀ ਆ ਉਹ ਸ਼੍ਰੀ ਪ੍ਰਾਣ ਤਿਆਗ ਕੇ ਐਕਸਪਾਇਰ ਹੋ ਗਏ ਸੀ, ਉਸ ਕਰਕੇ ਸਾਡੇ ਫਾਊਂਡਰ ਮੈਂਬਰ ਵੀ ਸੀ, ਇਸ ਕਰਕੇ ਸਾਨੂੰ ਸਥਾਪਿਤ ਕਰਨਾ ਪਿਆ ਪ੍ਰੋਗਰਾਮ। ਲੇਕਿਨ ਮੋਹਾਲੀ ਸ਼ਹਿਰ ਦੇ ਅੰਦਰ ਸਾਡੀ ਸੋਚ ਦੇ ਮੁਤਾਬਕ ਅੱਜ ਵੱਖ ਵੱਖ ਥਾਵਾਂ ਦੇ ਉੱਪਰ ਪ੍ਰੋਗਰਾਮ ਚੱਲਦਾ ਹੈ, ਅਤੇ ਜਿੰਨੇ ਵੀ ਸਾਡੀ ਇਸ ਚੈਨਲ ਦੇ ਮਾਧਿਅਮ ਨਾਲ ਦੇਖਣ ਵਾਲੇ ਸ਼ਰਧਾਲੂ ਸਾਹਿਬਾਨ ਹੈਗੇ ਆ, ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਆਪਣੇ ਪੰਡਾਲਾਂ ਦੇ ਵਿੱਚ ਜਿਹੜੇ ਲੋਕਲ ਹੈਗੇ ਆ, ਤੁਸੀਂ ਉੱਥੇ ਭਗਵਾਨ ਗਣਪਤੀ ਦੀ ਆਰਾਧਨਾ ਕਰੋ, ਪੂਜਾ ਕਰੋ, ਅਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਅਗਲੇ ਸਾਲ ਆਪ ਜੀ ਦੇ ਸ਼ੀਰਵਾਦ ਇੱਦਾਂ। ਸ਼ੋਭਾ ਯਾਤਰਾ ਅਸੀਂ ਕੱਲ੍ਹ ਐਤਵਾਰ ਠੀਕ 1:15 ਮੋਹਾਲੀ ਦੇ 9 ਫੇਸ ਤੋਂ ਚੱਲਾਂਗੇ, ਠੀਕ 2:15 Sector 67 ਜਲਵਾਯੂ ਵਿਹਾਰ ਪਹੁੰਚੇਗੀ ਸ਼ੋਭਾ ਯਾਤਰਾ, ਉੱਥੋਂ ਵੀ ਮੂਰਤੀ, ਕਿਉਂਕਿ ਅਲੱਗ ਅਲੱਗ ਪੰਡਾਲਾਂ 'ਚੋਂ ਮੂਰਤੀਆਂ ਦੇ ਨਾਲ ਚੱਲਣਾ ਹੈ। ਉਸ ਤੋਂ ਇਲਾਵਾ 45 Sector